ਬੇਸ਼ੱਕ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀਆਂ ਗਰੰਟੀਆਂ ਦਿੱਤੀਆਂ ਗਈਆਂ, ਮੁਫ਼ਤ ਬਿਜਲੀ ਦੇ ਦਾਅਵੇ ਕੀਤੇ ਜਾ ਰਹੇ ਹਨ, ਫਿਰ ਵੀ ਫਾਜ਼ਿਲਕਾ ਦੇ ਪਿੰਡ ਖੂਹੀ ਖੇੜਾ ਦਾ ਇੱਕ ਵਿਅਕਤੀ ਵਿਧਾਇਕ ਸਵਣਾ ਦੇ ਕੋਲ ਪਹੁੰਚਿਆ ਔਰ ਉਸ ਨੇ ਦੱਸਿਆ ਕਿ ਉਹਨੂੰ 1 ਲੱਖ ਰੁਪਇਆ ਬਿੱਲ ਆਇਆ ਹੈ। ਇਹ ਤਸਵੀਰਾਂ ਉਸ ਵਕਤ ਦੀਆਂ ਹਨ ਜਦੋਂ ਫਾਜ਼ਿਲਕਾ ਦੇ ਪਿੰਡ ਖੂਹੀ ਖੇੜਾ ਪੰਚਾਇਤ ਅਤੇ ਪਿੰਡ ਦੀਆਂ ਮੁਸ਼ਕਲਾਂ ਸੁਣਨ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਵੱਲੋਂ ਜਨਤਾ ਦਰਬਾਰ ਲਗਾਇਆ ਗਿਆ। ਉੱਥੇ ਹੀ ਪਿੰਡ ਖੂਹੀ ਖੇੜਾ ਦੇ ਇੱਕ ਵਿਅਕਤੀ ਵੱਲੋਂ ਪੰਚਾਇਤ ਅਤੇ ਵਿਧਾਇਕ ਸਵਣਾ ਦੇ ਸਾਹਮਣੇ 1 ਲੱਖ ਰੁਪਏ ਦਾ ਬਿੱਲ ਸਾਹਮਣੇ ਰੱਖਤਾ। ਉਹਨਾਂ ਕਿਹਾ ਕਿ ਉਹਨਾਂ ਨੂੰ 1 ਲੱਖ ਰੁਪਏ ਦਾ ਬਿੱਲ ਆਇਆ, ਜਦਕਿ ਇੱਕ ਪਾਸੇ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਗਰੰਟੀ ਕੀਤੀ ਜਾ ਰਹੀ ਹੈ। ਉੱਧਰ ਵਿਧਾਇਕ ਸਵਣਾ ਨੂੰ ਇਸ 'ਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਜਾਂ ਤਾਂ ਇਹ ਮਹਿਕਮੇ ਦੀ ਗਲਤੀ ਨਾਲ ਹੋਇਆ ਹੈ ਅਤੇ ਜਾਂ ਫਿਰ ਇਹ ਪੁਰਾਣਾ ਮੀਟਰ ਹੋਣ ਦੇ ਚੱਲਦਿਆਂ ਇਹ ਬਿੱਲ ਜ਼ਿਆਦਾ ਆਇਆ, ਇਸ ਨੂੰ ਸੈੱਟ ਕਰਵਾਇਆ ਜਾਵੇਗਾ। ਹੁਣ ਦੇਖਣ ਨੂੰ ਮਿਲਿਆ ਸੀ ਇੱਕ ਵਿਅਕਤੀ ਵੱਲੋਂ ਬਿੱਲ ਲੈਂਦਾ ਗਿਆ 1 ਲੱਖ ਰੁਪਏ ਦਾ ਤਕਰੀਬਨ ਬਿੱਲ। ਉਹਦੇ ਵਿੱਚ ਕਈ ਪ੍ਰੋਬਲਮ ਆ ਜਾਂਦੀਆਂ ਨੇ, ਜਿੱਦਾਂ ਕਿਸੇ ਦਾ ਕੋਈ ਮੀਟਰ ਬੰਦ ਹੁੰਦਾ ਹੈ, ਉਹ ਜਦੋਂ ਮੀਟਰ ਕਈ ਸਾਲਾਂ ਤੋਂ ਬੰਦ ਹੀ ਪਿਆ, ਉਹਦੇ ਚ ਲੋਕ ਕਈ ਜਿਵੇਂ ਆਪਣਾ ਮੀਟਰ ਜਾ ਕੇ ਚੈੱਕ ਵੀ ਨਹੀਂ ਕਰਵਾਉਂਦੇ, ਕੋਈ ਦਰਖਾਸਤ ਨਹੀਂ ਦਿੰਦੇ, ਜਾਂ ਕਈ ਵਾਰੀ ਕੋਈ ਅਧਿਕਾਰੀ ਪਿਛਲੇ ਸੀਗੇ ਕੰਮ ਨਹੀਂ ਕਰਦੇ ਸੀ, ਉਹ ਜਦੋਂ ਮੀਟਰ ਲੈਬ ਦੇ ਵਿੱਚ ਜਾ ਕੇ ਚੈੱਕ ਹੁੰਦਾ ਤਾਂ ਉਹ ਜਿਹੜੀ ਐਵਰੇਜ ਬਿੱਲ ਹੁੰਦਾ ਜਾਂ ਉਹਦਾ ਕੋਈ ਜੁਰਮਾਨਾ ਹੁੰਦਾ ਉਹ ਪਾ ਕੇ ਭੇਜਿਆ ਜਾਂਦਾ। ਉਹ ਮੈਂ ਹੁਣ ਜਿਹੜੇ ਸਾਡੇ ਅਫਸਰ ਨੇ ਉਹਨਾਂ ਡਿਊਟੀ ਲਗਾਈ ਹੈ, ਗਰੀਬ ਬੰਦੇ ਨੂੰ ਇੰਨਾ ਜਿਹੜਾ ਜੁਰਮਾਨਾ ਹੈ ਉਹ ਨਹੀਂ ਭਰ ਸਕਦਾ, ਇਹਨੂੰ ਇਨਕੁਆਇਰੀ ਕਰਕੇ ਇਹਨੂੰ ਸੈੱਟ ਕੀਤਾ ਜਾਵੇ ਔਰ ਇਹਨੂੰ ਮਾਫ਼ ਕੀਤਾ ਜਾਵੇ। ਐਮਐਲਏ ਸਾਹਿਬ,